ਬਾਈ ਨੇ ਆਪਣੇ ਖੇਤ ਦੇ ਵਿੱਚ ਪੁਦੀਨਾ ਵੀ ਲਾਇਆ ਹੋਇਆਗਾ ਤੇ ਬਾਈ ਸੰਦੀਪ ਨੂੰ ਬਾਰੇ ਤੁਹਾਨੂੰ ਜਾਣਕਾਰੀ ਸਾਰੀ ਦੇ ਦਿੰਦਾ ਮੈਂ। ਹਾਂਜੀ ਪੁਦੀਨਾ ਉਹ ਲੋਕਾਂ ਦੀ ਫਸਲ ਆ ਸੰਦੀਪ ਜਿਹੜੇ ਜਿਨ੍ਹਾਂ ਦੇ ਨੇੜੇ ਪੁਦੀਨਾ ਨੂੰ ਕੱਢਣ ਵਾਲੀ ਫੈਕਟਰੀ ਆ ਪੁਦੀਨੇ ਦੇ ਤੇਲ ਆਪਣੇ ਨੇੜੇ 10-15 ਕਿਲੋਮੀਟਰ ਚ ਜੇ ਕਿਤੇ ਫੈਕਟਰੀ ਆ ਉੱਥੇ ਇਹ ਫਸਲ ਆਲੂ ਤੋਂ ਬਾਅਦ ਹੁੰਦੀ ਆ ਕਣਕ ਤੋਂ ਬਾਅਦ ਹੁੰਦੀ ਨੀ ਆਲੂਆਂ ਤੋਂ ਬਾਅਦ ਇਹ ਫਸਲ ਹੁੰਦੀ ਆ ਝੋਨੇ ਤੋਂ ਪਹਿਲਾਂ ਇਹ ਵੱਢਿਆ ਜਾਂਦਾ ਖਰਚਾ ਇਹ ਤੇ ਬਹੁਤ ਆ ਕਮਾਈ ਇਹਦੇ ਤੋਂ ਇਹ ਕਹਿ ਲਾ ਵੀ ਜੇ ਇਹ 2000 ਨੂੰ ਲੀਟਰ ਵਿਕਦਾ ਤੇ ਕਿੱਲੇ ਦੇ ਵਿੱਚੋਂ ਇਹ ਚੰਗਾ ਕਿਸਾਨ ਆ ਜਿਹੜਾ ਉਹ 22-23 ਲੀਟਰ ਤੇਲ ਕੱਢ ਲੈਂਦਾ ਖਰਚਾ ਇਹਦੇ ਤੇ ਆ ਜਾਂਦਾ ਸੋਹਣਿਆ ਸੱਜਣਾ ਤਕਰੀਬਨ 20,000 ਬਦਲਾਂ ਚ ਵੱਢ ਲਿਆ ਰਾਤ ਨੂੰ ਵੱਢ ਲਿਆ ਤਾਂ ਇਹਦਾ ਤੇਲ ਪੱਤਿਆਂ ਦੀ ਬਜਾਏ ਇਹਦੀਆਂ ਜੜਾਂ ਚ ਚਲਿਆ ਜਾਣਾ ਕਿਉਂਕਿ ਇਹ ਇਹਦਾ ਜਿਹੜਾ ਤੇਲ ਆ ਨਾ ਅਸਲ ਦੇ ਵਿੱਚ ਕੁਦਰਤ ਨੇ ਇਹਨੂੰ ਐਂ ਬਣਾਇਆ ਵੀ ਜਿਹੜਾ ਇਹਦਾ ਤੇਲ ਆ ਉਹ ਇਹਨੂੰ ਧੁੱਪ ਤੋਂ ਗਰਮੀ ਤੋਂ ਪ੍ਰੋਟੈਕਟ ਕਰਦਾ ਪ੍ਰੋਟੈਕਟ ਕਰਦਾ ਜਦੋਂ ਇਹ ਬੂਟੇ ਨੂੰ ਜਦੋਂ ਉਦੋਂ ਤੁਸੀਂ ਪੱਤਿਆਂ 'ਚ ਭੇਜੇ ਤੋਂ ਵੱਢ ਲਿਆ ਤੇ ਉਦੋਂ ਬਾਅਦ ਜੇ ਤੁਸੀਂ ਗਿੱਲਾ ਉੱਥੇ ਭੇਜਤਾ ਤਾਂ ਕੀ ਆ ਕਿ ਇਹਨੇ ਇਹਦੇ 'ਚ ਕੁਦਰਤੀ ਪ੍ਰੋਸੈਸ ਇਹ ਆ ਵੀ ਇਹਨੇ ਆਪਦੇ ਬੱਚੇ ਨੂੰ ਆਪਦੇ ਬੂਟੇ ਨੂੰ ਮਰਨ ਨੂੰ ਬਚਾਉਣ ਵਾਸਤੇ ਤੇਲ ਭੇਜਣਾ ਤੇ ਜਦੋਂ ਆਪਾਂ ਵੱਢੋਂਗੇ ਸਭ ਤੋਂ ਪਹਿਲਾਂ ਪੱਤਾ ਕਮਲਾਊ ਤਾਂ ਇਹ ਕੀ ਆ ਪੱਤਿਆਂ ਨੂੰ ਤੇਲ ਭੇਜਣਾ ਸਟਾਰਟ ਕਰੂ ਵੀ ਭਾਈ ਬਚੀਏ ਤਾਂ ਤੇਲ ਸਾਰਾ ਪੱਤਿਆਂ ਚਲਿਆ ਜਾਊ ਜੇ ਤੁਸੀਂ ਇਹਨੂੰ ਗਿੱਲੇ ਗਿੱਲੇ ਨੂੰ ਤੇਲ ਕਢਾਉਣ ਉੱਠ ਗਏ ਤਾਂ ਇਹ 'ਚੋਂ ਤੇਲ ਅੱਧਾ ਨਿਕਲੂ ਕਿਉਂਕਿ ਅੱਧਾ ਤੇਲ ਇਹਦੀ ਟਾਹਣੀ 'ਚ ਰਹਿ ਗਿਆ ਠੀਕ ਆ ਅਤੇ ਇਹਦੇ ਕੋਈ ਤੇਲ ਆ ਜਿਹੜਾ ਨਿਕਲਦਾ ਉੱਥੇ ਕੋਈ ਐਂ ਨਹੀਂ ਨਿਕਲਦਾ ਵੀ ਇਹਨੂੰ ਪੀੜਦੇ ਆ ਗੰਨੇ ਦੇ ਜੂਸ ਵਾਂਗੂ ਤੇਲ ਨਹੀਂ ਨਿਕਲਦਾ ਪਹਿਲਾਂ ਸਾਨੂੰ ਐਂ ਲੱਗਦਾ ਸੀ ਵੀ ਗੰਨੇ ਦੇ ਜੂਸ ਵਾਂਗੂ ਤੇਲ ਨਿਕਲਦਾ ਇਹਦਾ ਤੇਲ ਨਿਕਲਦਾ ਜਿਵੇਂ ਸ਼ਰਾਬ ਨਿਕਲਦੀ ਆ ਇਹਨੂੰ ਇੱਕ ਵੱਡੇ ਖੂਹ 'ਚ ਪਾ ਦਿੰਦੇ ਆ ਵੱਡੇ ਖੂਹ ਦੇ ਵਿੱਚ ਪਾ ਕੇ ਉਹਦੇ ਥੱਲਿਓਂ ਛੱਡਦੇ ਆ ਸਟੀਮ ਗਰਮ ਜਿਹੜੀ ਸਟੀਮ ਆ ਉਹ ਇਹਦੇ ਪੱਤਿਆਂ ਦੇ ਕੋਲ ਦੀ ਜਦੋਂ ਲੰਘਦੀ ਆ ਤਾਂ ਉਹ ਨਾਲ ਸਟੀਮ ਦੇ ਵਿੱਚ ਤੇਲ ਰਲ ਜਾਂਦਾ ਉਹ ਅੱਗੇ ਜਾ ਕੇ ਇੱਕ ਠੰਡੇ ਪਾਣੀ ਆਲੇ ਦੁਆਲੇ ਚੱਲਦਾ ਉਹਦੇ ਵਿਚਾਲੇ ਦੀ ਉਹ ਲੰਘਦੀ ਆ ਬਿਲਕੁਲ ਜਿਵੇਂ ਸ਼ਰਾਬ ਕੱਢਦੇ ਆ ਬੱਠਲ ਦੇ ਵਿੱਚ ਪਾਣੀ ਪਾਇਆ ਹੁੰਦਾ ਅਤੇ ਪੈਪ ਵਿੱਚ ਦੀ ਲੰਘਦੀ ਹੁੰਦੀ ਆ ਤਾਂ ਉਹ ਅੱਗੇ ਜਾ ਕੇ ਤਪਕਾ ਸਟੀਮ ਠੰਡੀ ਹੋ ਕੇ ਇੱਕ ਭਾਂਡੇ 'ਚ ਪੈਂਦੀ ਆ ਬੀਕਰ 'ਚ ਪੈਂਦੀ ਆ ਉੱਥੇ ਫਿਰ ਉੱਥੇ ਦੋ ਚੀਜ਼ਾਂ ਹੁੰਦੀਆਂ ਇੱਕ ਪਾਣੀ ਹੁੰਦਾ ਤੇਲ ਹੁੰਦਾ ਤੇਲ ਜਦੋਂ ਦੋਨੇ ਅੱਡ ਹੁੰਦੇ ਆ ਉਦੋਂ ਤੇਲ ਰਲ ਕੇ ਤਾਂ ਆ ਜਾਂਦਾ ਪਾਣੀ ਥੱਲੇ ਰਹਿ ਜਾਂਦਾ ਫਿਰ ਉਹ ਬੀਕਰ 'ਚੋਂ ਕੱਢਣਾ ਹੁੰਦਾ ਥੱਲੇ ਦੀ ਪਾਣੀ ਛੱਡ ਦਿੰਦੇ ਆ ਹੌਲੀ 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 ਉੱਤੇ ਆ ਕੇ ਉਹ ਉੱਤੋਂ ਭਾਂਡੇ 'ਚੋਂ ਕੱਢ ਲੈਂਦੇ ਆ ਨਤਾਰ ਕੇ ਉਹਨੂੰ ਜਿਵੇਂ ਮੱਖਣ ਕੱਢਦੇ ਹਾਂ ਆਪਾਂ ਸੇਮ ਐਵੇਂ ਇਹ ਨਿਕਲਦਾ ਇਹਦੇ 'ਚੋਂ ਤੇਲ ਪਰ ਇਹਦੇ 'ਚੋਂ ਫਾਇਦਾ ਉਹ ਬੰਦੇ ਨੂੰ ਆ ਇਹ ਆਲੂ ਤੋਂ ਬਾਅਦ ਵਾਲੀ ਫਸਲ ਆ ਇਹ ਤੀਜੀ ਫਸਲ ਆ ਫਾਇਦਾ ਉਸ ਬੰਦੇ ਨੂੰ ਹੀ ਆ ਇਹਨੂੰ ਲਾਉਣ ਦਾ ਜਿਹੜੇ ਬੰਦੇ ਦੇ ਨੇੜੇ ਫੈਕਟਰੀ ਆ ਦੂਜਾ ਪੰਗਾ ਨਾ ਲਵੇ ਕਿਉਂਕਿ ਢੋ ਢਵਾਈ ਤੇ ਖਰਚਾ ਬਹੁਤ ਪੈਂਦਾ ਕਿੰਨੇ ਕੁ ਟਾਈਮ ਦੇ ਵਿੱਚ ਹੋ ਜਾਂਦਾ ਬਈ ਇਹ 90-100 ਦਿਨ ਦੀ ਖੇਤੀ ਆ ਨੱਬੇ ਤੋਂ ਸੌ ਦਿਨ ਦੀ ਖੇਤੀ ਆ ਹੋਰ ਇਹਨੂੰ ਨੁਕਸ ਮੂੰਗੀ ਨਾਲੋਂ ਮੱਕੀ ਨਾਲੋਂ ਇਹ ਫਸਲ ਠੀਕ ਆ ਮੂੰਗੀ ਤੇ ਮੱਕੀ ਨਾਲੋਂ ਫਸਲ ਦੇ ਗੁਣ ਇਉਂ ਠੀਕ ਆ ਇਹਦੇ ਵੀ ਇਹਦਾ ਰੇਟ ਆ ਜੇ ਅੱਜ 1500 ਲੀਟਰ ਦਾ ਤੁਸੀਂ ਤੇਲ ਨਾ ਵੇਚੋ ਤੇਲ ਤੁਸੀਂ ਘਰੇ ਵੀ ਲਿਆ ਸਕਦੇ ਆ ਤੇਲ ਤੁਸੀਂ ਫੈਕਟਰੀ 'ਚ ਵੀ ਜਮ੍ਹਾਂ ਕਰਾ ਸਕਦੇ ਆ ਅਗਲੇ ਸਾਲ ਵੇਚ ਲਓ ਉਦੋਂ ਅਗਲੇ ਸਾਲ ਵੇਚ ਲਓ ਉਦੋਂ ਅਗਲੇ ਸਾਲ ਵੇਚ ਲਓ ਰੱਖ ਰਖਾਵ ਦਾ ਕੋਈ ਪਰੇਸ਼ਾਨੀ ਨਹੀਂ ਤੁਸੀਂ ਅੱਜ ਤੇਲ ਕਢਾਇਆ 10 ਸਾਲਾਂ ਨੂੰ ਵੇਚ ਲਓ ਠੀਕ ਆ ਇਹਦੇ 'ਚ ਜਾਂਦਾ ਇਹ ਪਰੇਸ਼ਾਨੀ ਹੈ ਨਹੀਂ ਗੀ ਬਹੁਤ ਲੋਕ ਕੀ ਕਰਦੇ ਆ ਕਿ ਦੋ ਫਸਲਾਂ ਤੋਂ ਕਮਾਈ ਕਰੀ ਜਾਂਦੇ ਆ ਤੀਜੀ ਫਸਲ ਉੱਥੇ ਫੈਕਟਰੀ 'ਚ ਜਮ੍ਹਾਂ ਕਰਾਈ ਜਾਂਦੇ ਆ 10 ਸਾਲਾਂ ਬਾਅਦ ਜਦੋਂ ਉਹਨਾਂ ਨੂੰ 10-20 ਲੱਖ ਰੁਪਏ ਦੀ ਲੋੜ ਹੁੰਦੀ ਆ ਉਦੋਂ ਇਕੱਠਾ ਲੈ ਲੈਂਦੇ ਆਪਾਂ ਵੀ 2-3 ਸਾਲਾਂ ਬਾਅਦ ਹੀ ਪੈਸੇ ਲੈਣੇ ਇਹ ਤੁਸੀਂ ਇੱਥੇ ਕਿੱਥੇ ਫੈਕਟਰੀ ਆ ਦੀ ਇਹਦੀ ਫੈਕਟਰੀ ਆਪਣੇ ਇੱਥੇ ਦੋਦਰ ਬਹੁਤ ਲੱਗੀ 3-4 ਫੈਕਟਰੀਆਂ ਤੁਹਾਡੇ ਏਰੀਆ 'ਚ ਬਾਈ ਬਹੁਤ ਬੀਜਿਆ ਹੋਇਆ ਨਾ ਸਾਡੇ ਏਰੀਆ 'ਚ ਫੈਕਟਰੀਆਂ ਨਾ ਬਾਈ 3-4 ਫੈਕਟਰੀਆਂ ਕਿ ਮੈਂ ਇੱਕ ਥੋੜੇ ਦਿਨ ਹੀ ਹੋਇਆ ਮੈਂ ਚੱਕਰ ਆ ਕੇ ਗਿਆ ਸੀਗਾ ਤੇ ਉੱਥੇ ਜਦੋਂ ਰਾਮੇ ਤੇ ਚੱਕਰ ਦੇ ਵਿਚਾਲੇ ਜਿਹੜੀ ਸੂਆ ਆਉਂਦਾ ਕਿ ਕੱਸੀ ਆ ਤੇ ਉੱਥੇ ਮੈਂ ਵੇਖਿਆ ਇਹਦੀ ਗੋਡੀ ਕਰੀ ਜਾਂਦੇ ਸੀਗੇ ਉੱਥੇ ਬੜਾ ਬੀਜਿਆ ਉੱਥੇ ਪੁਦੀਨਾ ਬਹੁਤ ਬਹੁਤ ਵਧੀਆ ਫਸਲ ਆ ਬਾਈ ਇਹ
ਤੇ ਉਹ ਹਿਸਾਬ ਨਾਲ ਫਸਲ ਵਧੀਆ ਇੱਕ ਮੂੰਗੀ ਤੇ ਮੱਕੀ ਨੂੰ ਹੋਰ ਵਧੀਆ ਕਿ ਮੂੰਗੀ ਤੇ ਮੰਨ ਲਓ ਵੱਢਣ ਵਾਲੀ ਤੇ ਮੀਂਹ ਪੈ ਗਿਆ ਖਰਾਬ ਆ ਇਹਦੇ ਤੇ ਵੱਢਣ ਵਾਲੀ ਤੇ ਮੀਂਹ ਪੈ ਗਿਆ ਚਾਰ ਦਿਨ ਠਹਿਰ ਕੇ ਵੱਢ ਲਈ ਹਾਂ ਵੱਢੀ ਪਈ ਤੇ ਪੈ ਗਿਆ ਫਿਰ ਇਹ ਵੀ ਮਿੱਟੀ ਆ ਵੱਢੀ ਪਈ ਤੇ ਹਨੇਰੀ ਵੱਗ ਗਈ ਫਿਰ ਵੀ ਇਹਨੇ ਉੱਡ ਜਾਣਾ ਜੇ ਇਹਦੇ ਪੱਤੇ ਭੁਰ ਗਏ ਜਾਂਦਾ ਚੱਕਣ ਵੇਲੇ ਇੰਨਾ ਸੈਂਸਿਟਿਵ ਆ ਨਾ ਜਦੋਂ ਤੁਸੀਂ ਵੱਢਿਆ ਜੇ ਤਾਂ ਤੁਸੀਂ ਬਾਲਾ ਸੁਕਾ ਲਿਆ ਫਿਰ ਤਾਂ ਇਹਦੇ ਪੱਤੇ ਭੁਰ ਜਾਣੇ ਆ ਤਾਂ ਤੇ ਤੁਹਾਡਾ ਤੇਲ ਬਾਣ ਚ ਡਿੱਗ ਪੈਣਾ ਜੇ ਤੁਸੀਂ ਗਿੱਲਾ ਲੈ ਗਏ ਤਾਂ ਤੇਲ ਘੱਟ ਮਤਲਬ ਉਦੋਂ ਬਹੁਤ ਬੰਦੇ ਦਾ ਉਦੋਂ ਉੱਥੇ ਸਮਝਦਾਰੀ ਤੇ ਕਿਸਮਤ ਆ ਦੋਨੇ ਭਿੜਦੀਆਂ ਉੱਥੇ ਦੋਨੇ ਭਿੜਦੀਆਂ ਵੀ ਜੇ ਉੱਥੇ ਜਾ ਕੇ ਤੁਸੀਂ ਗਲਤੀ ਕਰਕੇ ਫਿਰ ਨੁਕਸਾਨ ਆ ਗਲਤੀ ਹੋ ਗਈ ਜਾਂ ਫਿਰ ਵਾਹਿਗੁਰੂ ਮਾਰ ਪਾ ਗਿਆ ਉਹ ਤਾਂ ਫਿਰ ਕਿਸਾਨ ਆ ਉਨੀ ਤਾਂ ਫਿਰ ਆਪਾਂ ਕਿੰਨਾ ਲਾਇਆ ਆਪਣੇ ਹੈਗੇ ਆ ਬਾਈ ਇਹ 3.5 ਕਿੱਲੇ ਆ 2.5 ਕਿੱਲੇ ਇੱਥੇ ਆ ਤੇ ਮੇਰੇ ਹਿਸਾਬ ਨਾਲ 3.5-3.5 ਹੀ ਹੋਣਗੇ ਕਿੱਲਾ ਉੱਧਰ ਕਦੋਂ ਕੱਢਣਾ ਇਹ ਬਾਈ ਝੋਨੇ ਤੋਂ ਪਹਿਲਾਂ ਅੱਛਾ ਅੱਛਾ 15-16 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣਗੇ ਮਤਲਬ ਆਪਾਂ ਕਹਿ ਲਈਏ ਮਹੀਨਾ ਕੁ ਪਿਆ ਹਜੇ ਦਾ ਮਹੀਨੇ ਕੁ ਚ ਮਲ ਜੂਗਾ